ਓਟ ਨਿਆਸਰਿਓ ਕੀਾਸਰੇ ਧਨ ਧਨ ਸਤ ਗੁਰ ਰਵੀਦਾਸ ਜੀਓ ਨਨ ਧਨ ਸਤ ਗੁਰੂ ਅਰਵਿਦਾਸ ਜੀਓ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਪਾਵਨ ਸੰਗ੍ਰਾਂਦ ਦਾ ਦਿਹਾੜਾ ਹੈ ਔਰ ਮਾਗ ਮਹੀਨੇ ਦੀ ਸ਼ੁਰੂਆਤ ਹੋਈ ਹੈ ਤੋਂ ਸਭ ਤੋਂ ਪਹਿਲਾਂ ਤਾਂ ਆਪ ਸਭ ਸੰਗਤਾਂ ਨੂੰ ਦੇਸ਼-ਵਦੇਸ਼ਾਂ ਦੀਆਂ ਸੰਗਤਾਂ ਨੂੰ ਦਾਸ ਵੱਲੋਂ ਸਤਿਗੁਰੂ ਰਵਿਦਾਸ ਧਾਮ ਦੇ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਟਰਸਟੀ ਸਹਿਬਾਨ ਵੱਲੋਂ ਔਰ ਰਵਦਾਸੀਆ ਚੈਨਲ ਦੀ ਸਾਰੀ ਟੀਮ ਵੱਲੋਂ ਆਪ ਸਭ ਸੰਗਤਾਂ ਨੂੰ ਨਵੇਂ ਸਾਲ ਦੀਆਂ ਔਰ ਇਸ ਮਾਗ ਮਹੀਨੇ ਦੀ ਸ਼ੁਰੂਆਤ ਦੀਆਂ ਬਹੁਤ ਬਹੁਤ ਮੁਬਾਰਕਾ ਹੋਣ ਵਧਾਈ ਖੋਵੇ ਅਰਜ਼ੋਈ ਹੈ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਿ ਇਸ ਸਾਲ ਇਸ ਸਮਾਂ ਹਰ ਕੜੀ ਹਰ ਪਲ ਸਮੁੱਚੇ ਜੀਅ ਜਨਤਾ ਦੇ ਵਾਸਤੇ ਸੁੱਖਾਂ ਪਰਿਆ ਤੇ ਖੁਸ਼ੀਆਂ ਪਰਿਆ ਆਈ ਗੁਰਪਿਆਰੀ ਸਾਧ ਸੰਗਤ ਜੀ ਇੱਕ ਕਾਮਨਾ ਆ ਇੱਕ ਅਰਦਾਸ ਹੈ ਕਿ ਜਿਹੜਾ ਸਾਲ ਹੈ ਜਾਂ ਇਹ ਮਹੀਨਾ ਜਿਹੜਾ ਹਰ ਮਹੀਨੇ ਆਪਾਂ ਪੜਦੇ ਹਾਂ ਸੰਗਰਾਮਤੀ ਕਿ ਸੁੱਖਾਂ ਭਰਿਆ ਆਏ ਔਰ ਖੁਸ਼ੀਆਂ ਭਰਿਆ ਆਏ ਇਹ ਕਾਮਨਾ ਹੋਣੀ ਚਾਹੀਦੀ ਹੈ ਇਹ ਅਰਦਾਸ ਵੀ ਹੋਣੀ ਚਾਹੀਦੀ ਹੈ ਐਸੀ ਆਸ ਵੀ ਹੋਣੀ ਚਾਹੀਦੀ ਹੈ ਕੀ ਇਕੱਲਾ ਅਰਦਾਸ ਦੇ ਨਾਲ ਜਾਂ ਕਾਮਨਾ ਜਾਂ ਕਹਿ ਲਈਏ ਆਸ ਦੇ ਨਾਲ ਇਹ ਸੰਭਵ ਹੈ ਆਪਾਂ ਥੋੜਾ ਜਿਹਾ ਇਸ ਗੱਲ ਨੂੰ ਵਿਚਾਰਨਾ ਅਰਦਾਸ ਬਹੁਤ ਵਧੀਆ ਗੱਲ ਹੈ ਹੋਣੀ ਚਾਹੀਦੀ ਹੈ ਜਿਹੜੀ ਅੱਜ ਆਪਾਂ ਸਾਰਿਆਂ ਨੇ ਇੱਥੇ ਸਤਿਗੁਰੂ ਬਿਦਾਸ ਧਾਮ ਵਿਖੇ ਕਰਨੀ ਹੈ ਆਸ ਵੀ ਉਸ ਪਰਮਾਤਮਾ ਤੇ ਹਮੇਸ਼ਾ ਹੋਣੀ ਚਾਹੀਦੀ ਹੈ ਇਹਦੇ ਦੋਨਾਂ ਗੱਲਾਂ ਵਿੱਚ ਕੋਈ ਦੁਵੇ ਰਾਏ ਨਹੀਂ ਲੇਕਿਨ ਇਹਦੇ ਨਾਲ ਨਾਲ ਸਾਡਾ ਜਿਹੜਾ ਕਰਮ ਆ ਉਹ ਬੜਾ ਮਾਇਨੇ ਰੱਖਦਾ ਆ ਉਹ ਬੜਾ ਮਾਇਨੇ ਰੱਖਦਾ ਆ ਅਸਲ ਦੇ ਵਿੱਚ ਅਸੀਂ ਕੱਲਾ ਆਸ ਔਰ ਅਰਦਾਸ ਤੇ ਜੋੜ ਦੇ ਦਿੰਦੇ ਆ ਲੇਕਿਨ ਕਰਮ ਦੇ ਵੱਲ ਅਸੀਂ ਵਿਚਾਰ ਦੇ ਨਹੀਂ ਕਰਮ ਵੀ ਜ਼ਰੂਰੀ ਆ ਔਰ ਕਰਮ ਕਿਹੜਾ ਕਰਮ ਨੇਕ ਹੋਣਾ ਚਾਹੀਦਾ ਆ ਨੇਕ ਸੁਭਾਅ ਹੋਣਾ ਚਾਹੀਦਾ ਆ ਨੇਕ ਵਰਤੀ ਹੁਣੀ ਚਾਹੀਦੀ ਹੈ। ਔਰ ਜਿਸ ਦਿਨ ਅਸੀਂ ਅਰਦਾਸ, ਆਸ ਔਰ ਕਰਮ ਇਹਨਾਂ ਤਿੰਨਾਂ ਚੀਜ਼ਾਂ ਤੇ ਫੋਕਸ ਕਰ ਲਿਆ, ਧਿਆਨ ਦਿੱਤਾ ਤਾਂ ਗੁਰੂ ਪਰ ਸਾਸ ਸੰਗਤ ਜੀ ਫਿਰ ਜੀਵਨ ਬੜਾ ਖੁਸ਼ਹਾਲ ਹੋਇਆ। ਇਹ ਬੋ ਸਾਰੇ ਰੰਗਾਂ ਦੇ ਨਾਲ ਬਹੁਤ ਖੂਬਸੂਰਤ ਤੋਂ ਖੂਬਸੂਰਤ ਫੁੱਲਾਂ ਦੇ ਨਾਲ ਸਜਿਆ ਹੋਇਆ ਇੱਕ ਬਗੀਚਾ ਕਹਿ ਸਕਦੇ ਜੀਵਨ ਐਸਾ ਹੈ ਇਸ ਕਰਕੇ ਮੇਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕਰਮ ਪલાક ਕਰੋ ਐਸਾ ਕੰਮ ਮੂਲੇ ਨਾ ਕੀਤੇ ਜਿੱਤ ਅੰਤ ਪਛਤਾਈਏ ਭੁੱਲ ਕੇ ਵੀ ਐਸਾ ਕਰਮ ਨਾ ਕਰੀਏ ਜਿਹਦੇ ਲਈ ਸਾਨੂੰ ਆਉਣ ਵਾਲੇ ਸਮੇਂ 'ਚ ਪਛਤਾਉਣਾ ਪਵੇ माघ महिना धर्म का दृढ़ कर तू सत्संग संता संग प्रीत कर कदे ना होवे भंग माघ दा महिना महाराज जी कहंदे ने धर्म का एक मानव के धर्म दा महिना या धार्मिक कर्म करन दा महिना या ਔਰ ਹੋਰ ਵੀ ਕਈ ਸਾਰੀਆਂ ਗੱਲਾਂ ਜਿਹੜੀਆਂ ਇਸ ਮਹੀਨੇ ਨੂੰ ਇੱਕ ਧਾਰਮਿਕ ਪਹਿਚਾਣ ਦਿੰਦੀਆਂ ਨੇ। ਦ੍ਰਿੜ ਕਰ ਤੂ ਸਤ ਸੰਗ ਇਹਦੇ ਵਿੱਚ ਅਸੀਂ ਧਰਮ ਕਰਮ ਕਿਹੜਾ ਕਰਨਾ ਕੋਈ ਨਹਾਉਣ ਜਾਂਦਾ ਆ ਕੋਈ ਗੰਗਾ ਨਹਾਉਂਦਾ ਕੋਈ ਗੋਦਾਵਰੀ ਨਹਾਉਂਦਾ ਕੋਈ ਕਿਤੇ ਨਹਾਉਂਦਾ ਕੋਈ ਕਿਤੇ ਨੋਂਦਾ ਕੋਈ ਕਿਸੇ ਤਰ੍ਹਾਂ ਦੀ ਪੂਜਾ ਕਰਦਾ ਕੋਈ ਕੁਝ ਕਰਦਾ ਅਸੀਂ ਧਰਮ ਕਰਮ ਕਿਹੜਾ ਕਰਨਾ ਦ੍ਰਿੜ ਕਰ ਤੂ ਸਤ ਸੰਗ ਮਰਜ ਕਹਿੰਦੇ ਸਤ ਦਾ ਸੰਗ ਕਰਨ। ਇਦੇ ਨਾਲ ਸੰਤਾਂ ਸੰਗ ਪ੍ਰੀਤ ਕਰ ਸੰਤਾਂ ਨਾਲ ਸਾਡਾ ਪਿਆਰ ਹੋਵੇ ਸੰਤ ਦਾ ਭਾਵ ਇੱਕ ਉਹ ਮਹਾਪੁਰਸ਼ ਜਿਨ੍ਹਾਂ ਤੋਂ ਅਸੀਂ ਨਾਮ ਦੀ দীક્ષા ਲਈ ਹੈ ਜਿਹੜੇ ਸਾਧੂ ਸੰਤ ਮਹਾਤਮਾ ਸਾਨੂੰ ਨਾਮ ਨਾਲ ਜੋੜਦੇ ਆ ਸੱਚ ਨਾਲ ਜੋੜਦੇ ਆ ਇੱਕ ਉਹ ਸੰਤ ਮਹਾਤਮਾ ਆ ਇੱਕ ਸੰਤ ਮਿਰਤੀ ਨੂੰ ਕਹਿੰਦੇ ਆ ਭਾਵੇਂ ਕੋਈ ਕੋਟ ਪੈਂਟ ਦੇ ਵਿੱਚ ਬੈਠਾ ਆ ਭਾਵੇਂ ਕੋਈ ਟੀ-ਸ਼ਰਟ ਜਿਬਟ ਬੈਠਾਇਆ ਅਗਰ ਉਹਦਾ ਸੁਭਾਅ ਨੇਕ ਆ ਅਗਰ ਉਹਦੇ ਕੋਲ ਸੰਤ ਵਰਤੀ ਹੈ ਅਗਰ ਉਹ ਗੁਰੂ ਦੇ ਦਰਸਾਏ ਰਾਤੇ ਚੱਲਦਾ ਆ ਅਗਰ ਉਹਦੇ ਹੁਕਮ ਵਿੱਚ ਰਹਿੰਦਾ ਆ ਤੇ ਉਹਦੀ ਸੰਗਤ ਕਰੀਏ ਫਿਰ ਉਹ ਵੀ ਸੰਤ ਹੈ ਸੰਤ ਪਹਿਰਾਵੇ ਨੂੰ ਕਿਹਾ ਜਾਂਦਾ ਸੰਤਿਕ ਸੁਭਾਅ ਦਾ ਨਾਮ ਹੈ ਸੰਤ ਬਿਰਤੀ ਦਾ ਨਾਮ ਹੈ ਸੰਤਾਂ ਸੰਗ ਪ੍ਰੀਤ ਕਰ ਗੁਰਮੁਖਾਂ ਨਾਲ ਪ੍ਰੀਤ ਪਾਈਏ ਚੰਗੇ ਲੋਕਾਂ ਨਾਲ ਪਿਆਰ ਪਾਈਏ ਚੰਗੇ ਲੋਕਾਂ ਦੇ ਨਾਲ ਅਸੀਂ ਪ੍ਰੀਤ ਪਾਈਏ ਉਹਨਾਂ ਦੀ ਸੰਗਤ ਕਰੀਏ ਤਾਂ ਗੁਰੂ ਪਿਆਰੀ ਸਾਥ ਸੰਗਤ ਜੀ ਜੀਵਨ ਦੇ ਵਿੱਚ ਕਦੇ ਕੋਈ ਮੁਸੀਬਤ ਨਹੀਂ ਆਉਂਦੀ ਤੇ ਜੇ ਮੁਸੀਬਤ ਆ ਵੀ ਜਾਂਦੀ ਹੈ ਤਾਂ ਫਿਰ ਉਹਨੂੰ ਪਾਰ ਕਰਨਾ ਬੜਾ ਸੁਖੇਲਾ ਹੋ ਜਾਂਦਾ ਆ ਅਗਰ ਸਾਡੀ ਸੰਗਤ ਨੇਕ ਹੈ ਅਗਰ ਸਾਡੀ ਸੰਗਤ ਪਲੀ ਹੈ ਧੂੜ ਸੰਤ ਕੇ ਚਰਨ ਕੀ ਸੋਈ ਸ੍ਰੇਸ਼ਟ ਹੈ ਗੰਗ ਪਾਪਾਂ ਕੀ ਮਲ ਉਤਰੇ ਚੜੇ ਨਾਮ ਕਾਰਨ ਇੱਕ ਇਸ਼ਨਾਨ ਜਿਹੜਾ ਅਸੀਂ ਵਕ ਵਕ ਸਰੋਵਰਾਂ ਤੇ ਜਾਂ ਨਦੀਆਂ ਤੇ ਜਾ ਕੇ ਕਰਦੇ ਆ ਮਹਾਰਾਜ ਜੀ ਕਹਿੰਦੇ ਨੇ ਧੂੜ ਸੰਤ ਕੇ ਚਰਨ ਕੀ ਸੋਈ ਸ੍ਰੇਸ਼ਟ ਹੈ ਗੰਗ ਮਹਾਪੁਰਸ਼ਾਂ ਦੇ ਚਰਨਾਂ ਦੀ ਧੂੜ ਮਸਤਕ ਨੂੰ ਲਾ ਲਈ ਮਹਾਰਾਜ ਜੀ ਕਹਿੰਦੇ ਇਸ ਤੋਂ ਵੱਡੀ ਕੋਈ ਗੰਗਾ ਨਹੀਂ। ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਇਹ ਗੱਲ ਸਮਝਾਈ ਹੈ ਕਿ ਮਾਗ ਦਾ ਮਹੀਨਾ ਭਾਈ ਸ਼ੁਰੂ ਹੋਇਆ ਤੇ ਤੋਂ ਜਿਹੜਾ ਇਸ਼ਨਾਨ ਕਰਨਾ ਨਾ ਮਾਗ ਮਜਨ ਮਜਨ ਕਹਿੰਦੇ ਨੇ ਇਸ਼ਨਾਨ ਸੰਗ ਸਾਧੂਆਂ ਕਿਹੜਾ ਇਸ਼ਨਾਨ ਕਰ ਸੰਤਾ ਮਹਾਪੁਰਸ਼ਾਂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਕਰ। ਸਿਸ਼ ਲਈ ਧੂੜ ਸੰਤ ਕੇ ਚਰਨ ਕੀ ਸੋਈ ਸ੍ਰੇਸ਼ਟ ਹੈ ਗੰਗ ਪਾਪਾਂ ਕੀ ਮਲ ਉਤਰੇ ਚੜੇ ਨਾਮ ਕਾ ਰੰਗ ਔਰ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਜਾਂਦਾ ਆ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਦਾ ਰੰਗ ਚੜ ਜਾਂਦਾ ਆ ਜਿਨ੍ਹਾਂ ਨੂੰ ਸੰਤਾਂ ਦੇ ਚਰਨਾਂ ਦੀ ਧੂੜੀ ਦਾ ਰੰਗ ਚੜ ਜਾਂਦਾ ਆ ਤੇ ਪਾਪਾਂ ਕੀ ਮਲ ਉਤਰੇ ਤੇ ਪਾਪਾਂ ਦੀ ਮੈਲ ਖਤਮ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਨਾ ਵੀ ਜੋ ਤੇਰੀ ਸਰਨਾਗਤ ਆ ਤੈ ਨਾਹੀ ਪਾਰ ਮੇਰੇ ਮਾਲਕਾ ਜਿਹੜਾ ਤੇਰੀ ਸ਼ਰਨ ਵਿੱਚ ਆ ਗਿਆ ਕਿਉਂਕਿ ਸੰਤਾਂ ਦੀ ਸ਼ਰਨ ਰੱਬ ਦੀ ਸ਼ਰਨ ਹੈ ਕਿਉਂਕਿ ਸੰਤਾਂ ਦੀ ਸ਼ਰਨ ਵਿੱਚ ਬਹਿ ਕੇ ਰੱਬ ਦੀ ਗੱਲ ਹੋਣੀ ਹੈ ਸੰਗਤ ਵਿੱਚ ਬਹਿ ਕੇ ਅਸੀਂ ਮੰਨੋ ਕਿ ਰੱਬ ਦੀ ਸ਼ਰਨ ਵਿੱਚ ਬੈਠੇ ਆਂ ਸੰਗਤ ਦਾ ਬੜਾ ਮਹਾਨ ਦਰਜਾ ਆ ਸੰਤਾਂ ਦਾ ਬੜਾ ਮਹਾਨ ਦਰਜਾ ਆ ਸੰਤ ਤੁਝ ਹੀ ਤਨ ਸੰਗਤ ਪ੍ਰਾਨ ਦੇਖੋ ਕਿੰਡਾ ਵੱਡਾ ਰੂਪ ਮਹਾਰਾਜ ਜੀ ਨੇ ਕਿੰਡਾ ਵੱਡਾ ਮਹਾਨ ਦਰਜਾ ਦਿੱਤਾ ਸੋ ਇਸ ਕਰਕੇ ਜੋ ਤੇਰੀ ਸਰਨਾਗਤਾ ਤਿਨ ਨਾਹੀ ਪਾਰ ਊਚ ਨੀਚ ਤੁਮ ਤੇ ਤਰੇ ਆਲਸ ਸੰਸਾਰ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦੇਉ ਦੁੱਧ ਪੀ ਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ RAM ਰੰਗਰਾਤਾ ਈ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਸੋ ਜਿਨ੍ਹਾਂ ਨੇ ਸੰਗਤ ਮਹਾਪੁਰਸ਼ਾਂ ਦੀ ਕੀਤੀ ਜਿਨ੍ਹਾਂ ਨੇ ਨਾਮ ਜਪਿਆ ਤੇ ਜਿਨ੍ਹਾਂ ਨੇ ਆਪਣਾ ਚੰਗਾ ਸੁਭਾਅ ਬਣਾਇਆ ਤਾਂ ਗੁਰੂ ਪਿਆਰੀ ਸਾ ਸੰਗਤ ਜੂਨਾ ਦਾ ਜੀਵਨ ਸਫਲਾ ਹੋ ਜਾਂਦਾ ਹੈ ਸ਼ਿਸ ਕਰਕੇ ਫਿਰ ਮੈਂ ਬੇਨਤੀ ਕਰਾਂ ਕਿ ਅਰਦਾਸ ਆਸ ਔਰ ਇਹਦੇ ਨਾਲ ਨਾਲ ਜਿਹੜਾ ਸਾਡਾ ਕਰਮ ਆ ਇਹਨੂੰ ਵੀ ਮਹਾਨ ਬਣਾਈਏ ਜਿਨ੍ਹਾਂ ਨੇ ਕਰਮ ਨੂੰ ਮਹਾਨ ਬਣਾਇਆ ਆਸ ਪਰਮਾਤਮਾ ਤੇ ਰੱਖੀ ਅਰਦਾਸ ਗੁਰੂ ਚਰਨਾਂ ਵਿੱਚ ਕੀਤੀ ਤਾਂ ਗੁਰੂ ਪਿਆਰੀ ਸਾਥ ਸੰਗਤ ਜੀ ਜੀਵਨ ਖੁਸ਼ਹਾਲ ਹੈ ਤਾਂ ਬਹੁਤ ਬਹੁਤ ਵਧਾਈ ਹੋਵੇ ਸਾਰੀਆਂ ਸੰਗਤਾਂ ਨੂੰ ਵਿਸ਼ੇ ਪਰਦੀਆਂ ਸੰਗਤਾਂ ਨੂੰ ਕਿ ਇਹ ਮਹੀਨਾ ਇਹ ਸਾਲ ਹਰ ਕੜੀ ਹਰ ਪਲ ਆਪ ਸਭ ਸੰਗਤਾਂ ਵਾਸਤੇ ਇਥੋਂ ਤੱਕ ਇਹ ਸੰਸਾਰ ਦੇ ਵਿੱਚ ਰਹਿ ਰਹੇ ਇੱਕ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਜੀਵ ਜੰਤ ਦੇ ਵਾਸਤੇ ਸੁੱਖਾਂ ਪਰਿਆਏ ਸੋ ਇਹੀ ਅਰਦਾਸ ਹੈ ਇਹੀ ਬੇਨਤੀ ਹੈ ਇਹਦੇ ਨਾਲ ਨਾਲ ਆਪਾਂ ਕਰਮ ਮਹਾਨ ਕਰੀਏ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਰਵਦਾਸੀਆ ਟੀਵੀ ਚੈਨਲ ਦੀ ਸਾਰੀ ਟੀਮ ਦਾ ਧੰਨਵਾਦ ਜਿਹੜੇ ਕਿ ਗੁਰੂ ਮਹਾਰਾਜ ਜੀ ਦੇ ਇਹਨਾਂ ਉਪਦੇਸ਼ਾਂ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਇਹ ਮਹਾਨ ਕਾਰਜ ਕਰ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਹੋਈ ਪੁਲਚੁਕ ਦੀ ਖਿਮਾ ਕਰਨੀ ਜੈ ਗੁਰਦੇਵ ਧੰਨ ਗੁਰਦੇਵ ਜੀ